ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਵੀਰੋ ਸਭ ਤੋਂ ਪਹਿਲਾਂ ਆਪਣਾ ਚੈਨਲ ਟਰੈਕਟਰ ਬਾਜ਼ਾਰ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਦਾ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਆਪਣੀ ਹਰੇਕ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਵੇ ਅਤੇ ਜੁੜੇ ਰਹੋ ਇਸ ਤਰ੍ਹਾਂ ਆਪਣੇ ਚੈਨਲ ਦੇ ਨਾਲ ਹੋਰ ਨਵੀਆਂ ਵੀਡੀਓ ਦੇਖਣ ਹਾਂਜੀ ਸਤਿ ਸ੍ਰੀ ਅਕਾਲ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਟਰੈਕਟਰ ਜ਼ਾਰ ਦੇ ਵਿੱਚ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਦਾ ਸਵਾਗਤ ਹੈ ਹਾਂਜੀ ਵੀਰੋ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ 087866196625 ਤੁਹਾਡੇ ਕੋਲ ਕੋਈ ਵੀ ਖੇਤੀਬਾੜੀ ਵਾਲਾ ਸੰਦ ਜਿਵੇਂ ਕਿ ਟਰੈਕਟਰ ਹਾਲਤਵੀਆਂ ਸੁਹਾ ਕੰਪਾਈਨ ਵਗੈਰਾ ਟੁੜੀ ਵਾਲਾ ਰੀਪਰ ਕਿਸੇ ਵੀ ਸਾਇਦਾ ਟਰਾਲਾ ਜਾਂ ਟਰਾਲੀ ਸੇਲ ਵਾਸਤੇ ਹੈ ਕਿਸੇ ਵੀ ਸਾਇਦਾ ਰੋਟਾਵੇਟਰ ਹੈ ਜਾਂ ਕੋਈ ਹੋਰ ਮਸ਼ੀਨਰੀ ਵਗੈਰਾ ਸੇਲ ਵਾਸਤੇ ਹੈ ਉਸ ਦੀ ਐਡ ਆਪਣੇ ਚੈਨਲ ਟਰੈਕਟਰਜ਼ ਆਰ ਦੇ ਉੱਪਰ ਕਰਵਾਉਣਾ ਚਾਹੁੰਦੇ ਹੋ ਹਰੇਕ ਸਾਧਿਆ ਵੀਰੋਂ ਪੰਜ ਤੋਂ ਛੇ ਫੋਟੋ ਮਾ ਲਾਜ਼ਮੀ ਨੇ ਬਾਕੀ ਬਣਦੀ ਜਾਣਕਾਰੀ ਜਿਵੇਂ ਕਿ ਮਾਡਲ ਟਾਇਰਾਂ ਦੀ ਕੰਡੀਸ਼ਨ ਏਰੀਆ ਰੇਟ ਮੋਬਾਈਲ ਨੰਬਰ ਔਰ ਜੋ ਵੀ ਸਾਧਨ ਹੈ ਰੇਟ ਪੇਜਣਾ ਸਹੀ ਮਾਰਕੀਟ ਵੈਲਿਊ ਸਾਰਾ ਪੇਜਣਾ ਰੇਟ ਤਾਂ ਕਿ ਤੁਹਾਡਾ ਜੋ ਵੀ ਸਾਧਨ ਆਸਾਨੀ ਦੇ ਨਾਲ ਸੇਲ ਹੋ ਜੇ ਜੋ ਚੀਜ਼ਾਂ ਅਸੀਂ ਐਡ ਦੇ ਵਿੱਚ ਰੇਟ ਦਿਖਾਵਾਂਗੇ ਕਿਸੇ ਵੀ ਚੀਜ਼ ਦਾ ਫਿਕਸ ਰੇਟ ਨਹੀਂ ਹੋਏਗਾ ਹਰ ਇੱਕ ਚੀਜ਼ ਦਾ ਰੇਟ ਮੌਕੇ ਤੇ ਘੱਟ ਕੀਤਾ ਜਾਵੇਗਾ ਹਾਂਜੀ ਵੀਰੋ ਹੁਣ ਆਪਾਂ ਗੱਲ ਕਰਦੇ ਹਾਂ ਸ਼ਕਤੀਮਾਨ 60 ELX ਟਰੈਕਟਰ ਬਾਰੇ ਸ਼ਕਤੀਮਾਨ 60 ELX ਟਰੈਕਟਰ ਸੇਲ ਵਾਸਤੇ ਹੈ ਜੀ 2014 ਮਾਡਲ 2014 ਮਾਡਲ ਹੈ ਜੀ ਟਰੈਕਟਰ ਕੰਡੀਸ਼ਨ ਚੈੱਕ ਕਰ ਸਕਦੇ ਹੋ ਫੋਟੋਆਂ ਮਾ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਟਰੈਕਟਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਜੀ ਸਾਈਡ ਗੇਅਰ ਹੈ ਡਬਲ ਕਲਚ 60 ਹਸਪਾਵਰ ਦਾ ਟਰੈਕਟਰ ਹੈ ਜੀ ਨਾਲ ਦੇ ਟਾਇਰ ਨੇ ਟਰੈਕਟਰ ਦੇ ਜੋ ਕੰਪਨੀ ਫਿਟਡ ਆਏ ਨੇ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਹੈ ਟਰੈਕਟਰ ਵਧੀਆ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਬਾਕੀ ਟਰੈਕਟਰ ਦੀ ਕੰਡੀਸ਼ਨ ਵਗੈਰਾ ਚੈੱਕ ਕਰ ਸਕਦੇ ਹਾਂ ਜੀ ਪਾਵਰ ਸਟੀering ਹੈ ਟਰੈਕਟਰ ਫਸਟ ਓਨਰ ਦੇ ਨਾਮ ਹੈ ਟਰੈਕਟਰ ਕੰਡੀਸ਼ਨ ਓਕੇ ਹੈ ਮੌਕੇ ਤੇ ਖਰੀਦਣ ਸਮੇ ਵਾ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਮਿਊਜ਼ਿਕ ਸਿਸਟਮ ਤੇ ਜੋ ਛਤਰੀ ਲੱਗੀ ਹੋਈ ਹੈ ਫੈਬਰਵਰੀ ਇਹ ਨਾਲ ਨਹੀਂ ਦੇਣੇ ਵੀਰਾਂ ਨੇ ਬਾਕੀ ਸਿੰਪਲ ਬਾਕੀ ਐਸੈਸਰੀ ਨਾਲ ਟਰੈਕਟਰ ਦੀ ਪ੍ਰਾਈਸ ਦੀ ਜੇਕਰ ਆਪਾਂ ਗੱਲ ਕਰੀਏ ਪ੍ਰਾਈਸ ਰੱਖਿਆ ਗਿਆ ਵੀਰਾਂ ਵੱਲੋਂ ਟਰੈਕਟਰ ਦਾ 375000 ਰੁਪਿਆ ਬਾਕੀ ਵੀਰ ਮੌਕੇ ਤੇ ਐਡਜਸਟ ਕਰ ਲੈਣਗੇ ਵੀਰਾਂ ਦਾ ਏਰੀਆ ਜੋ ਸ਼੍ਰੀ ਮੁਕਤਸਰ ਸਾਹਿਬ ਡਿਸਟ੍ਰਿਕਟ ਦੇ ਵਿੱਚ ਆਲਮ ਵਾਲਾ ਪਿੰਡ ਹੈ ਵੀਰਾਂ ਦਾ ਮਲੋੜ ਤਹਿਸੀਲ ਆਲਮ ਵਾਲਾ ਪਿੰਡ ਹੈ ਵੀਰਾਂ ਦਾ ਔਰ ਬਾਕੀ ਬਧੇਰੀ ਜਾਣਕਾਰੀ ਲਈ ਵੀਰਾਂ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜਿਸ ਨੰਬਰ ਤੇ ਕੰਟੈਕਟ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਜੀ ਸਾਈਡ ਗੇ ਟਰੈਕਟਰ ਹੈ ਪਾਵਰ ਸਟੀਰਿੰਗ ਡਬਲ ਕਲਚ ਦੇ ਵਿੱਚ ਹਾਂਜੀ ਵੀਰੋ ਹੁਣ ਆਪਾਂ ਗੱਲ ਕਰਦੇ ਹਾਂ ਅਰਜਨ 605 ਟਰੈਕਟਰ ਸੇਲ ਵਾਸਤੇ ਹੈ ਅਰਜਨ 605 2016 ਮਾਡਲ 2016 ਮਾਡਲ ਟਰੈਕਟਰ ਹੈ ਜੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਫੋਟੋਆਂ ਸਕਰੀਨ ਤੇ ਸ਼ੋਅ ਹੋ ਰਹੀਆਂ ਨੇ ਵਧੀਆ ਕੰਡੀਸ਼ਨ ਦੇ ਵਿੱਚ ਆਲਦਾ ਟਰੈਕਟਰ ਦੇ ਵਿੱਚ ਕੋਈ ਦਿੱਕਤ ਨਹੀਂ 2016 ਮਾਡਲ ਹੈ ਜੀ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਨਾਲ ਦੇ ਟਾਇਰ ਨੇ 90% ਕੰਡੀਸ਼ਨ ਓਕੇ ਸਾਰੀ ਮੇਰੇ ਅਨੁਸਾਰ 300 ਘੰਟੇ 3000 ਘੰਟਾ ਸੌਰੀ 3000 ਘੰਟਾ ਟਰੈਕਟਰ ਚੱਲਿਆ ਹੋਇਆ ਜੀ 3000 ਘੰਟਾ ਬਾਕੀ ਕੰਡੀਸ਼ਨ ਵਗੈਰਾ ਓਕੇ ਆ ਡਾਕੂਮੈਂਟਸ ਕੰਪਲੀਟ ਮਿਲ ਜਾਣਗੇ ਹਰਿਆਣਾ ਨੰਬਰ ਟਰੈਕਟਰ ਹੈ ਮੈਟ ਮਾਡਲ ਚਾ ਟਰੈਕਟਰ ਮੈਟ ਗਿਰਾਂ ਦੇ ਵਿੱਚ ਔਰ ਸਾਰਾ オリジナル ਟਰੈਕਟਰ ਹੈ ਜੀ ਕੰਡੀਸ਼ਨ ਓਕੇ ਆ オリジナル ਟਰੈਕਟਰ ਹੈ ਸਾਰਾ ਸਾਫ਼ ਕੰਡੀਸ਼ਨ ਦੇ ਵਿੱਚ ਹੈ ਔਰ ਪਾਵਰ ਸ਼ੇਅਰਿੰਗ ਡਬਲ ਕਲਚ ਰਿਵਰਸ ਪੀਡੀਓ ਤੇਲ ਵਾਲੀ ਅਮਰੀਕਾ ਸਾਈਡ ਗੀਅਰ ਦੇ ਵਿੱਚ ਟਰੈਕਟਰ ਹੈ ਜੀ ਡਬਲ ਡਿਸਟ੍ਰਿਬਿਊਟਰ ਨਹੀਂ ਹੈਗਾ ਟਰੈਕਟਰ ਬਾਕੀ ਕੋਈ ਕੰਡੀਸ਼ਨ ਬਿਲਕੁਲ ਫਰੈਸ਼ਰ ਸਾਫ਼ ਕੰਡੀਸ਼ਨ ਦੇ ਵਿੱਚ ਹੈ ਬੋਡੀ ਲਾਈਨ ਵਗੈਰਾ ਓਕੇ ਹੈ ਬਾਕੀ ਪ੍ਰਾਈਸ ਦੀ ਜੇਕਰ ਆਪਾਂ ਗੱਲ ਕਰੀਏ ਰੇਟ ਰੱਖਿਆ ਗਿਆ ਵੀਰ ਵੱਲੋਂ 4,50,000 ਰੁਪਿਆ ਬਾਕੀ ਵੀਰ ਮੌਕੇ ਤੇ ਐਡਜਸਟ ਕਰ ਲੈਣਗੇ ਜੀ ਵੀਰਾਂ ਦਾ ਏਰੀਆ ਡਿਸਟ੍ਰਿਕਟ ਕਰਨਾਲ ਦੇ ਵਿੱਚ ਟਰੈਕਟਰ ਮਾਰਕੀਟ ਆਸਾਂ ਦਾ ਏਰੀਆ ਵੀਰਾਂ ਦਾ ਔਰ ਬਾਕੀ ਵਧੇਰੀ ਜਾਣਕਾਰੀ ਲਈ ਵੀਰਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਜਿਸ ਨੰਬਰ ਤੇ ਕੰਟੈਕਟ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਹਾਂਜੀ ਵੀਰੋ ਜੋ ਵੀਰਾਂ ਨੇ ਹਾਲ ਤੱਕ ਆਪਣੀ ਵੀਡੀਓ ਨੂੰ ਸ਼ੇਅਰ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਵੀਡੀਓ ਨੂੰ ਚਲਦੀ ਜਾਦੇ ਨੂੰ ਅੱਗੇ-ਅੱਗੇ ਸ਼ੇਅਰ ਕਰਦਿਆ ਕਰੋ ਤਾਂਕਿ ਬਾਅਦ ਤੋਂ ਬਾਅਦ ਵੀਰ ਆਪਣੇ ਚੈਨਲ ਟਰੈਕਟਰ ਯਾਰ ਦੇ ਨਾਲ ਜੁੜ ਸਕਣ ਤੇ ਨਵੇਂ-ਨਵੇਂ ਚੀਜ਼ ਤੁਹਾਡੇ ਲਈ ਲੈ ਕੇ ਆ ਸਕੀਏ ਇਸ ਕਰਕੇ ਆਪਣੇ ਚੈਨਲ ਦੇ ਨਾਲ ਸਾਰੇ ਨਵੇਂ ਪ੍ਰਾਣ ਜੁੜੇ ਵੀਰਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਅੱਗੇ-ਅੱਗੇ ਸ਼ੇਅਰ ਜਰੂਰ ਕਰਦਿਆ ਕਰੋ ਜੀ ਹਾਂਜੀ ਵੀਰੋ ਹੁਣ ਆਪਾਂ ਗੱਲ ਕਰਦੇ ਆਂ ਸਵਰਾਜ 855 ਵਾਰੀ ਸਵਰਾਜ 855 ਟਰੈਕਟਰ ਸਿਲਵਸ ਤੇ ਐ 2011 ਮਾਡਲ 2011 ਮਾਡਲ ਹੈ ਜੀ 4 ਸਟਾਰ ਟਰੈਕਟਰ ਹੈ ਪਾਵਰ ਸ਼ੇアリング ਡਬਲ ਕਲਚ ਰਿਵਰਸ ਪੀਟੀਓ ਤੇਲ ਵਾਲੀ ਐ ਬ੍ਰੇਕਾਂ ਦੇ ਵਿੱਚ ਐ ਟਰੈਕਟਰ ਸੈਂਟਰ ਗিয়ার ਦੇ ਵਿੱਚ ਐ ਜੀ ਡਬਲ ਡਿਸਟ੍ਰਿਬਿਊਟਰ ਨਹੀਂ ਹੈਗਾ ਬਾਕੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਪੇਂਟ ਵਗੈਰਾ Ориਜਨਲ ਐ ਸਾਫ ਕੰਡੀਸ਼ਨ ਦੇ ਵਿੱਚ ਐ ਕੋਈ ਡੈਮੇਜ ਲੀਕਿੰਗ ਸ਼ੀਕਿੰਗ ਨਹੀਂ ਹੈਗੀ ਟਰੈਕਟਰ ਦੇ ਵਿੱਚ ਪੂਰਾ ਏਵਨ ਕੰਡੀਸ਼ਨਸ ਹੈ ਬੋਡੀ ਲਾਈਨ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਪੇਂਟ ਵਗੈਰਾ Ориਜਨਲ ਹੈ ਟਰੈਕਟਰ ਦਾ। ਤੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ 85% ਟਾਇਰ ਨੇ ਟਰੈਕਟਰ ਦੇ 85% ਟਾਇਰ ਨੇ ਬਾਕੀ ਫੋਟੋਆਂ માં ਟਾਇਰਾਂ ਦੀਆਂ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਕੰਡੀਸ਼ਨ ਵਗੈਰਾ ਚੈੱਕ ਕਰ ਸਕਦੇ ਹੋ ਜੀ। ਪੰਜਾਬ ਨੰਬਰ ਹੈ ਟਰੈਕਟਰ ਪੇਪਰ ਕੰਪਲੀਟ ਮਿਲ ਜਾਣਗੇ ਜੀ ਮੌਕੇ ਤੇ ਕੰਡੀਸ਼ਨ ਓਕੇ ਹੈ ਆਇਲ ਬ੍ਰੇਕ ਨੇ ਰਿਵਰਸ ਪੀਟੀਓ ਹੈ Ориਜਨਲ ਪੇਂਟ ਹੈ। ਬਾਕੀ ਮੌਕੇ ਤੇ ਖਰੀਦਣ ਸਮੇਂ ਟਰੈਕਟਰ ਨੂੰ ਚਲਾ ਕੇ ਚੈੱਕ ਕਰਕੇ ਸੰਤੁਸ਼ਟੀ ਕਰਕੇ ਖਰੀਦ ਸਕਦੇ ਹੋ। ਟਰੈਕਟਰ ਦੇ ਪ੍ਰਾਈਸ ਦੀ ਜੇਕਰ ਗੱਲ ਕਰੀਏ 3,85,000 ਰੁਪਏ ਪ੍ਰਾਈਸ ਰੱਖਿਆ 3,85,000 ਰੁਪਏ ਬਾਕੀ ਫਿਰ ਮੌਕੇ ਤੇ ਐਡਜਸਟ ਕਰ ਲੈਣਗੇ ਜੀ ਵਿਰਾਂ ਦਾ ਏਰੀਆ ਜੋ ਲੁਧਿਆਣਾ ਏਰੀਆ ਹੈ ਬਧੇਰੀ ਜਾਣਕਾਰੀ ਲਈ ਵਿਰਾਂ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਸ਼ੋਅ ਰ ਹੈ ਜਿਸ ਨੰਬਰ ਤੇ ਕੰਟੈਕਟ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ। ਇੱਕ ਜ਼ਰੂਰੀ ਬੇਨਤੀ ਹੈ ਜੀ ਆਪਾਂ ਤੂੜੀ ਵਾਲੇ ਰੀਪਰਾਂ ਦੀ ਐਡ ਹੋਣ ਲਾਉਣਾ ਸ਼ੁਰੂ ਕਰ ਦਈਏ ਜਾਂ ਨਹੀਂ ਕਰੀਏ ਇਹ ਚੀਜ਼ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਵੀ ਐਡ ਜੋ ਆਪਾਂ ਤੂੜੀ ਵਾਲੇ ਰੀਪਰ ਦੀ ਲਾਉਣੀ ਸ਼ੁਰੂ ਕਰ ਦਈਏ ਜੇ ਨਾ ਕਰੀਏ ਹਲੇ ਉਹ ਕਮੈਂਟ ਬਾਕਸ ਦੇ ਵਿੱਚ ਸਾਰੇ ਵੀਰ ਮੈਸੇਜ ਕਰਕੇ ਜ਼ਰੂਰ ਦੱਸਣਾ ਹਾਂਜੀ ਵੀਰੋ ਹੁਣ ਆਪਾਂ ਗੱਲ ਕਰਦੇ ਹਾਂ ਜੀ ਐਸ਼ਰ ਟਰੈਕਟਰ ਸੇਲ ਵਾਸਤੇ ਹੈ ਐਸ਼ਰ ਟਰੈਕਟਰ ਸੇਲ ਵਾਸਤੇ ਹੈ 90 ਮਾਡਲ 90 ਮਾਡਲ ਹੈ ਜੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਟਾਇਰ 30% ਆ ਟਰੈਕਟਰ ਦੇ ਇੰਜਨ ਗੇਅਰ ਸਾਫ ਕੰਡੀਸ਼ਨ ਚ ਆ ਓਕੇ ਹੈ ਬਿਰਾਂ ਦੇ ਅਨੁਸਾਰ ਬਾਕੀ ਸਿੰਪਲ ਟਰੈਕਟਰ ਹੈ ਜੀ ਦੇਖ ਸਕਦੇ ਹੋ ਫੋਟੋਆਂ ਵਗੈਰਾ ਜਿਵੇਂ ਕੰਡੀਸ਼ਨ ਸਕਰੀਨ ਤੇ ਸ਼ੋ ਹੋ ਰਹੀ ਹੈ ਸਿੰਪਲ ਆ ਕੋਈ ਮੋਡੀਫਿਕੇਸ਼ਨ ਨਹੀਂ ਹੈਂਡਲ ਸਟਾਰਟ ਆ ਸੈਲਫ ਸ਼ਟਾਰਟ ਨਹੀਂ ਹੈਗਾ ਟਰੈਕਟਰ ਔਰ ਵਧੀਆ ਕੰਡੀਸ਼ਨ ਚ ਚੱਲਦਾ 90 ਮਾਡਲ ਹੈ ਜੀ 30% ਟਾਇਰ ਆ ਟਰੈਕਟਰ ਦੇ ਔਰ ਬਾਕੀ ਕੰਡੀਸ਼ਨ ਵਗੈਰਾ ਮੌਕੇ ਤੇ ਆਪ ਦੀ ਜੋ ਵੀ ਚੈਕਿੰਗ ਕਰਨਾ ਚਾਹੋ ਚੈੱਕ ਕਰਕੇ ਖਰੀਦ ਸਕਦੇ ਹੋ ਚਲਾ ਕੇ ਚੈੱਕ ਕਰਕੇ ਦੇਖ ਸਕਦੇ ਹੋ ਇੰਜਨ ਦੀ ਹੈ ਹੂਡਮਾ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਇੰਜਨ ਦੀ ਕੰਡੀਸ਼ਨ ਦੇਖ ਸਕਦੇ ਹੋ ਬਾਕੀ ਕਿਸੇ ਪ੍ਰਕਾਰ ਦੀ ਕੋਈ ਮੋਡੀਫਿਕੇਸ਼ਨ ਨਹੀਂ ਕੋਈ ਬਦਲਾਅ ਨਹੀਂ ਟਰੈਕਟਰ ਦੇ ਵਿੱਚ ਸਿੰਪਲ ਟਰੈਕਟਰ ਹੈ ਜੀ ਸਿੰਪਲ ਸੇਲ ਵਾਸਤੇ ਹੈ ਟਰੈਕਟਰ ਦੇ ਪ੍ਰਾਈਸ ਜੇਕਰ ਆਪਾਂ ਗੱਲ ਕਰੀਏ ਬਿਰਾਂ ਵੱਲੋਂ ਰੇਟ ਰੱਖਿਆ ਗਿਆ ਟਰੈਕਟਰ ਦਾ 70000 ਰੁਪਿਆ 70000 ਰੁਪਿਆ ਪ੍ਰਾਈਸ ਹੈ ਬਿਰਾਂ ਵੱਲੋਂ ਬਾਕੀ ਵੀਰ ਮੌਕੇ ਤੇ ਅਡਜਸਟ ਕਰ ਲੈਣਗੇ ਵੀਰਾਂ ਦਾ ਏਰੀਆ ਜੋ ਬੁਰਜ ਹਨੂਮਾਨਗੜ ਡਿਸਟ੍ਰਿਕਟ ਫਾਜ਼ਿਲਕਾ ਦੇ ਵਿੱਚ ਪੈਂਦਾ ਜੀ ਡਿਸਟ੍ਰਿਕਟ ਫਾਜ਼ਿਲਕਾ ਦੇ ਵਿੱਚ ਬਧੇਰੀ ਜਾਣਕਾਰੀ ਲਈ ਵੀਰਾਂ ਦੇ ਦੋ ਮੋਬਾਈਲ ਨੰਬਰ ਨੇ ਦੋਨੋਂ ਸਕਰੀਨ ਦੇ ਉੱਪਰ ਸ਼ੋਅ ਹੋ ਰਹੇ ਨੇ ਦੋਨਾਂ 'ਚ ਕਿਸੇ ਵੀ ਨੰਬਰ ਤੇ ਕੰਟੈਕਟ ਕਰਕੇ ਡਾਇਰੈਕਟਰ ਨੂੰ ਖਰੀਦ ਸਕਦੇ ਹੋ WhatsApp ਨੰਬਰ ਉੱਪਰ ਲੱਜੇ WhatsApp ਤੇ ਵੀ ਕੰਟੈਕਟ ਕਰ ਸਕਦੇ ਹੋ ਮੇਰੇ ਨਾਲ ਹਾਂਜੀ ਵੀਰੋ ਹੁਣ ਆਪਾਂ ਗੱਲ ਕਰਦੇ ਹਾਂ ਤਵੀਆਂ ਸੇਲ ਵਾਸਤੇ ਨੇ ਜੀ 10-10 ਤਵੀਆਂ ਦੇ ਸੈੱਟ 20 ਤਵੀਆਂ ਦਾ ਸੈੱਟ ਹੈ ਜੀ ਸਾਰਾ 10 10 ਦਿਨ ਨੇ ਇਕ ਲੈਣ। ਬਾਕੀ ਕੰਡੀਸ਼ਨ ਓਕੇ ਹੈ ਜੀ ਤਵੀਆਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਿਲਕੁਲ ਨਵੀਆਂ ਤਵੀਆਂ ਨੇ ਜੀ। ਬਿਲਕੁਲ ਨਿਊ ਕੰਡੀਸ਼ਨ ਦੇ ਵਿੱਚ ਨੇ। ਪੂਰੀਆਂ ਵਧੀਆ ਮਜ਼ਬੂਤ ਹੈਵੀ ਹਰ ਇੱਕ ਫੀਚਰ ਦੇ ਨਾਲ ਅਵੇਲੇਬਲ ਤਵੀਆਂ ਨੇ ਜੀ। ਹਾਈਡਰੌਲਿਕ ਨਹੀਂ ਹੈਗੀਆਂ ਵੈਸੇ ਸਿੰਪਲ ਹੈ। ਕੰਡੀਸ਼ਨ ਓਕੇ ਹੈ ਜੀ। ਬੂਰੀਆਂ ਮਜ਼ਬੂਤ ਹੈਵੀ ਨੇ। ਔਰ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਹੈ। ਨਵੀਆਂ ਤਵੀਆਂ ਨੇ ਜੀ ਬਿਲਕੁਲ ਨਵੀਆਂ। ਤਵੀਆਂ ਵਗੈਰਾ ਦੀ ਕੰਡੀਸ਼ਨ ਬਿਲਕੁਲ ਫੁੱਲੀ ਹੈ ਕਿਉਂਕਿ ਨਵੀਆਂ ਨੇ ਔਰ ਕੰਡੀਸ਼ਨ ਸਾਰੀ ਬਿਲਕੁਲ ਓਕੇ ਹੈ ਮਜੂਤ ਹੈਵੀ ਬਣੀਆਂ ਹੋਈਆਂ ਨੇ ਪ੍ਰਾਈਸ ਦੀ ਜੇਕਰ ਆਪਾਂ ਗੱਲ ਕਰੀਏ ਤਵੀਆਂ ਦਾ ਪ੍ਰਾਈਸ ਰੱਖਿਆ ਗਿਆ ਵਿਰਾਂ ਵੱਲੋਂ 87000 ਰੁਪਿਆ 87000 ਰੁਪਿਆ ਪ੍ਰਾਈਸ ਰੱਖਿਆ ਗਿਆ ਵਿਰਾਂ ਵੱਲੋਂ ਫਰੀਦਕੋਟ ਏਰੀਆ ਦੇ ਵਿੱਚ ਤਵੀਆਂ ਖੜੀਆਂ ਵਿਰਾਂ ਕੋਲੇ ਸੇਲ ਵਾਸਤੇ ਫਰੀਦਕੋਟ ਦੇ ਵਿੱਚ ਕੰਡੀਸ਼ਨ ਚੈੱਕ ਕਰ ਸਕਦੇ ਹੋ ਜੀ ਤਵੀਆਂ ਵਗੈਰਾ ਦੇਖ ਸਕਦੇ ਹੋ ਔਰ ਚਾਸੀ ਵਗੈਰਾ ਵੀ ਦੇਖ ਸਕਦੇ ਹੋ ਵਧੀਆ ਆਸਾਨ ਤਰੀਕੇ ਨਾਲ ਤਿਆਰ ਕੀਤੀਆਂ ਹੋਈਆਂ ਮਜਬੂਤ ਦਵਾਈਆਂ ਨੇ ਬਧੇਰੀ ਜਾਣਕਾਰੀ ਲਈ ਵੀਰਾਂ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਸ਼ੋਅਰ ਹੈ ਜਿਸ ਨੰਬਰ ਤੇ ਕੰਟੈਕਟ ਕਰਕੇ ਦਵਾਈਆਂ ਨੂੰ ਖਰੀਦ ਸਕਦੇ ਹੋ ਦਵਾਈਆਂ ਸੰਬੰਧੀ ਕਿਸੇ ਵੀਰ ਨੇ ਹੋਰ ਜਾਣਕਾਰੀ ਲੈਣੀ ਹੋਵੇ ਇਸੇ ਨੰਬਰ ਤੇ ਕੰਟੈਕਟ ਕਰਕੇ ਬਾਕੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ ਜੀ ਔਰ ਫੋਨ ਤੇ ਵੀ ਕੰਟੈਕਟ ਕਰ ਸਕਦੇ ਹੋ WhatsApp ਨੰਬਰ ਵੀ ਵੀਰਾਂ ਦਾ ਇਹੀ ਹੈ WhatsApp ਤੇ ਵੀ ਕੰਟੈਕਟ ਕਰ ਸਕਦੇ ਹੋ ਹਾਂਜੀ ਵੀਰੋ ਹੁਣ ਆਪਾਂ ਗੱਲ ਕਰਦੇ ਹਾਂ 11 ਫੁੱਟ ਦੀ ਟਰਾਲੀ ਬਾਰੇ 11 ਫੁੱਟ ਟਰਾਲੀ ਸੇਲ ਵਾਸਤੇ ਹੈ ਜੀ 11 ਫੁੱਟ ਲੰਬਾਈ ਦੇ ਵਿੱਚ 6 ਫੁੱਟ ਚੜਾਈ ਦੇ ਵਿੱਚ ਹੈ। ਬਾਕੀ ਟਾਟਾ ਦੇ ਗਾਰਡਰ ਲੱਗੇ ਹੋਏ ਨੇ ਮਜ਼ਬੂਤ ਹੈਵੀ ਟਰਾਲੀ ਤਿਆਰ ਹੋਈ ਹੈ। ਸਿੰਗਲ ਡੈਰੀ ਟਰਾਲੀ ਹੈ 40% ਟਾਇਰ ਨੇ ਟਰਾਲੀ ਦੇ ਟਾਇਰਾਂ ਦੀ ਕੰਡੀਸ਼ਨ 40% ਹੈ। ਬਾਕੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਪੇਂਟ ਹੋਇਆ ਟਰਾਲੀ ਨੂੰ ਬਿੱਡਾਂ ਵਗੈਰਾ ਨੂੰ ਬਾੜ ਨੂੰ ਰਿਮਾਂ ਵਗੈਰਾ ਨੂੰ ਪੇਂਟ ਹੋਇਆ ਹੈ। ਔਰ ਜੈਕ ਵਾਲੀ ਟਰਾਲੀ ਹੈ ਜੀ ਜੈਕ ਲੱਗਿਆ ਹੋਇਆ ਜੈਕ ਦੀ ਕੰਡੀਸ਼ਨ ਦੇਖ ਸਕਦੇ ਹੋ ਫੋਟੋਆਂ ਸਕਰੀਨ ਤੇ ਜੈਕ ਦੀਆਂ ਵੀ ਸ਼ੋ ਹੋ ਰਹੀਆਂ ਨੇ ਔਰ ਕੰਡੀਸ਼ਨ ਓਕੇ ਹੈ ਸਾਰੀ ਵਧੀਆ ਮਜ਼ਬੂਤ ਹੈਵੀ ਟਰਾਲੀ ਹੈ ਔਰ ਅੰਦਰੋਂ ਚਾਦਰ ਵਗੈਰਾ ਦੀਆਂ ਫੋਟੋਆਂ ਅੱਗੇ ਸਕਰੀਨ ਤੇ ਸ਼ੋ ਹੋਣਗੀਆਂ ਚਾਦਰ ਵਗੈਰਾ ਦੀ ਕੰਡੀਸ਼ਨ ਵੀ ਚੈੱਕ ਕਰ ਸਕਦੇ ਹੋ ਚਾਦਰ ਵਗੈਰਾ ਵੀ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਹੈ ਪ੍ਰਾਈਸ ਦੀ ਜੇਕਰ ਆਪਾਂ ਗੱਲ ਕਰੀਏ ਰੇਟ ਰੱਖਿਆ ਗਿਆ ਵੀਰੋ ਟਰਾਲੀ ਦਾ 95000 ਰੁਪਿਆ ਫਰੀਦਕੋਟ ਏਰੀਆ ਹੈ ਵੀਰਾਂ ਦਾ ਔਰ ਬਧੇਰੀ ਜਾਣਕਾਰੀ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕੰਟੈਕਟ ਕਰਕੇ ਟਰਾਲੀ ਨੂੰ ਖਰੀਦ ਸਕਦੇ ਹੋ ਮੋਬਾਈਲ ਨੰਬਰ ਵੀ ਹੈ ਵੀਰਾਂ ਦਾ ਵਟਸਐਪ ਨੰਬਰ ਵੀ ਹੈ ਇਹ ਦੋਨਾਂ ਚੋਂ ਕਿਸੇ ਵੀ ਜਰੀਏ ਨਾਲ ਕੰਟੈਕਟ ਕਰਕੇ ਟਰਾਲੀ ਨੂੰ ਖਰੀਦ ਸਕਦੇ ਹੋ ਜੀ ਬਾਕੀ ਕੰਡੀਸ਼ਨ ਫੋਟੋਆਂ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਕੰਡੀਸ਼ਨ ਟਰਾਲੀ ਦੀ ਫਿਲਹਾਲ ਆਪ ਵੀ ਦੇਖ ਸਕਦੇ ਹੋ ਪੇਂਟ ਵਗੈਰਾ ਹੋਇਆ ਸਾਰਾ ਪੇਂਟ ਦੁਆਰਾ ਹੋਇਆ ਜੀ ਹਾਂਜੀ ਵੀਰੋ ਅੱਜ ਦੀ ਵੀਡੀਓ ਦਾ ਸਫਰ ਆਪਣਾ ਇੱਥੋਂ ਤੱਕ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਪੂਰਾ ਦੇਖਣ ਲਈ ਇਹ ਕੋਈ ਚੀਕ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਪਾਂ ਤੂੜੀ ਵਾਲੇ ਰੀਪਰਾਂ ਦੀ ਐਡ ਲਾਉਣੀ ਸ਼ੁਰੂ ਕਰ ਦਈਏ ਜਾਂ ਹਲੇ ਰੁਕ ਜਾਈਏ ਉਹ ਚੀਕ ਕਮੈਂਟ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਸਾਰੇ ਵੀਰ ਜੋ ਵੀਰਾਂ ਨੇ ਹਾਲ ਤੱਕ ਆਪਣੇ ਚੈਨਲ ਟ੍ਰੈਕਟਰੀਆ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਵੀਡੀਓ ਦੇ ਨੀਚੇ ਲਾਲ ਰੰਗ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤਾਂਕਿ ਆਪਣੀ ਹਰ ਇੱਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜੇਕਰ ਤੁਸੀਂ ਹਾਲ ਤੱਕ ਵੀਡੀਓ ਨੂੰ ਸ਼ੇਅਰ ਨਹੀਂ ਕੀਤਾ ਸ਼ੇਅਰ ਜਰੂਰ ਕਰਦਿਆ ਕਰੋ ਧੰਨਵਾਦ ਵੀਰਾਂ